ਗਰੀਆ ਗਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਇੱਥੇ ਹੋਇਆ ਅੱਜ ਅਤੇ ਕੱਲ ਲਈ ਤੇਜ਼ ਮੀਂਹ ਦਾ ਅਲਰਟ ਵੀਡੀਓ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਰਾਤ ਤੋਂ ਹੀ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਐਤਵਾਰ ਸਵੇਰ ਦੇ ਦਰਮਿਆਨ بارش ਹੋ ਰਹੀ ਹੈ ਜਿਸ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗਰਮੀ ਤੋਂ ਲੋਕਾਂ ਨੂੰ निजात ਮਿਲੀ ਆ ਉਧਰ ਆਈਐਮਡੀ ਨੇ ਵੀ ਸੰਕੇਤ ਦਿੱਤਾ ਹੈ ਕਿ ਅਗਲੇ 5 ਦਿਨਾਂ ਦੌਰਾਨ ਕਿਸੇ ਵੀ ਹਿੱਸੇ ਵਿੱਚ ਲੋਵ ਵਗਣ ਦੀ ਸੰਭਾਵਨਾ ਨਹੀਂ ਮੌਸਮ ਵਿਭਾਗ ਨੇ ਦੱਸਿਆ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਚੰਗੀ ਬਾਰਿਸ਼ ਹੋ ਰਹੀ ਆ ਦੱਖਣ ਪੱਛਮੀ ਮਾਨਸੂਨ ਉੱਤਰ ਪੱਛਮੀ ਬੰਗਾਲ ਦੀ ਖਾੜੀ ਅਤੇ ਬਾਕੀ ਹਿੱਸਿਆਂ ਵੱਲ ਅੱਗੇ ਵਧ ਰਿਹਾ ਇਹ ਓਡੀਸ਼ਾ ਦੇ ਕੁਝ ਹੋਰ ਪੱਛਮੀ ਬੰਗਾਲ ਦੇ ਜ਼ਿਆਦਾਤਰ ਹਿੱਸਿਆਂ ਚਾਰਖੰਡ ਬਿਹਾਰ ਅਤੇ ਦਿੱਲੀ ਦੇ ਵਿੱਚ ਪਹੁੰਚ ਸਕਦਾ ਦਿੱਲੀ ਦੇ ਵਿੱਚੋਂ ਤੜਕੇ ਤੜਕੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਐਂਟਰ ਕਰ ਸਕਦਾ ਜਿੱਥੇ ਅਜਨੇ ਆਪਣਾ ਪ੍ਰਕੋਪ ਦਿਖਾ ਦਿੱਤਾ ਸੋ ਦੋਸਤੋ ਹੁਣ ਉੱਤਰ ਪ੍ਰਦੇਸ਼ ਚੋਂ ਮਾਨਸੂਨ ਦੀ ਆਮਦ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਮੌਸਮ ਵਿਭਾਗ ਨੇ ਐਲਾਨ ਕਰ ਦਿੱਤਾ ਹੈ ਕਿ ਮਾਨਸੂਨ ਦਾਖਲ ਹੋ ਜਾਵੇਗਾ ਸੂਬੇ ਚ ਜਲਦੀ ਹੀ ਬਿਹਾਰ ਦੀ ਸਰਹੱਦ ਦੇ ਨਾਲ ਲੱਗਦਾ بارش ਦੇ ਨਾਲ ਤਰਬਤਰ ਹੋ ਜਾਣਗੇ 15 ਜੂਨ ਤੋਂ ਜਿਹੜਾ ਦਸਤਕ ਮਾਨਸੂਨ ਅੱਗੇ ਦੇਣੀ ਸ਼ੁਰੂ ਕਰ ਦਵੇਗਾ ਮੌਸਮ ਵਿਭਾਗ ਦੇ ਮੁਖੀ ਕੁਲਦੀਪ ਸ਼ਰਿਵਾਸਤਵ ਦੇ ਮੁਤਾਬਕ ਇਸ ਤੋਂ ਪਹਿਲੇ ਸਾਲ 2008 ਵਿੱਚ ਦਿੱਲੀ ਵਿੱਚ ਮਾਨਸੂਨ 15 ਜੂਨ ਨੂੰ ਦਰਜ ਕੀਤੀ ਗਈ ਸੀ ਇਸ ਵਾਰ ਮਾਨਸੂਨ ਆਉਣ ਦਾ ਸਮਾਂ 27 ਜੂਨ ਦੇ ਆਸ-ਪਾਸ ਮੰਨਿਆ ਜਾ ਰਿਹਾ ਹੈ ਮੁੰਬਈ ਦੇ ਵਿੱਚ ਵੀ ਦੋਸਤੋ ਤੇਜ਼ بارش ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਆਸ-ਪਾਸ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ ਤੇਜ਼ بارش ਦਾ ਅਲਰਟ ਜਾਰੀ ਕੀਤਾ ਮਹਾਰਾਸ਼ਟਰ ਅਤੇ ਰਤਨਾਗIRI ਤੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਅੱਜ ਭਾਰੀ بارش ਲਈ ਰੈੱਡ ਅਲਰਟ ਜਾਰੀ ਕੀਤਾ ਸੋ ਮੁੰਬਈ ਤੋਂ ਸਿੱਧਾ ਮਾਨਸੂਨ ਦਿੱਲੀ ਵਾਲੇ ਰਸਤੇ ਹਰਿਆਣਾ ਪੰਜਾਬ ਅਤੇ ਰਾਜਸਥਾਨ ਪੱਛਮੀ ਰਾਜਸਥਾਨ ਦੇ ਵਿੱਚ ਐਂਟਰ ਕਰੇਗਾ ਧੰਨਵਾਦ